ਮੈਂ ਅੰਦਰ ਨਹੀਂ ਕਰਾਉਣਾ। ਸਣੇ ਠੇਕੇਦਾਰ ਤੋਂ ਸਣੇ ਲੇਬਰ ਸਾਰਿਆਂ ਦੇ ਮੁਕੱਦਮਾ ਤੋਂ ਤੁਸੀਂ ਦਿਹਾੜੀ ਲੈਣੀ ਹੈ ਨਾ, ਮਿਹਨਤ ਕੀ ਦਿਹਾੜੀ ਲੈਣੀ ਹੈ, ਠੱਗੀ ਕੀ ਦਿਹਾੜੀ ਤੋਂ ਨਹੀਂ ਹੈ, ਤੇ ਫਿਰ ਠੱਗੀ ਕਿਉਂ ਟਕਾ ਰਹੇ ਹੋ? ਲੋਕ ਤੋਂ ਬੇਟਾ ਆਸ ਪਾਸ ਕੇ ਬਤਾ ਰਹੇ ਹੈ ਕਿ ਵਹਾਂ ਪੇ ਕਾਮ ਚੱਲ ਰਿਹਾ ਤੋ ਸੀਮੈਂਟ ਲੱਗ ਨਹੀਂ ਰਿਹਾ। ਤੁਮ ਲੋਕੋਂ ਕੋ ਸ਼ਰਮ ਨਹੀਂ ਹੈ? ਤਰਾ ਠੇਕੇਦਾਰ ਨਾਲ ਗੱਲ ਚੱਲ, ਤੀਰਾ ਠੇਕੇਦਾਰ ਨਾਲ ਨੰਬਰ ਦੇ ਕਦੋਂ ਦੀ ਚਿਣਾਈ, ਅੱਜ ਦੀ ਕੱਲ ਦੀ? ਲੇਬਰ ਕਾ ਮਿਸਤਰੀ ਹੈ, ਇੱਧਰ ਆਓ ਮਿਸਤਰੀ, ਇੱਧਰ ਆਓ। ਮਲਾਇਆ ਵੀ ਨਹੀਂ ਹੈ, ਰੇਤਾ ਕੱਲਾ ਹੀ ਕਰਦਾ। ਚਲੋ ਯਾਰ ਤੂੰ ਇਉਂ ਨਾ ਕਰ, ਦੇਖ ਮੈਂ ਨਾ ਆਪ ਥਾਣੇ ਤੇ ਰਹਿਣਾ ਤੇ ਮੈਂ ਬਿਆਨ ਦਰਜ ਕਰਾ ਦੇਣਾ ਵੀ ਤੁਸੀਂ ਇਕੱਲਾ ਰੇਤਾ ਲਾ ਰਹੇ ਹੋ। ਮੈਨੂੰ ਆਲੇ ਦੁਆਲੇ ਦੇ ਲੋਕਾਂ ਨੇ ਤਾਂ ਦੱਸਣੀ ਗੱਲ ਵੀ ਬੈਂਸ ਸਾਹਿਬ ਉੱਥੇ ਜਿਹੜੀ ਬਿਲਡਿੰਗ ਬਣ ਰਹੀ ਹੈ ਤੇ ਸੀਮੈਂਟ ਹੈ ਹੀ ਨਹੀਂ, ਜੇ ਬਸ ਤੁਹਾਨੂੰ ਸ਼ਰਮ ਨਹੀਂ ਹੈ? ਪਹਿਲਾਂ ਮੈਨੂੰ ਇੱਕ ਗੱਲ ਦੱਸ, ਮੁਰਦੇ ਦੀਆਂ ਝਾਂਟਾਂ ਪੱਟਣ ਨਾਲ ਮੁਰਦੇ ਦਾ ਵਜਨ ਹਲਕਾ ਹੁੰਦਾ? ਸ਼ਰਮ ਨਾਂ ਦੀ ਚੀਜ਼ ਹੈਗੀ ਕਿ ਨਹੀਂ ਹੈਗੀ? ਮੈਂ ਤਾਂ ਖੁਦ ਮੌਕੇ 'ਤੇ ਖੜ੍ਹਾ, ਤੇਰੀ ਗੱਲ ਤਾਂ ਸੁਣਾ ਜੇ ਮੈਂ ਨਾ ਮੌਕੇ 'ਤੇ ਖੜ੍ਹਾ ਹੋਵਾਂ, ਮੈਂ ਸੁਣੀ ਸੁਣਾਈ ਗੱਲ 'ਤੇ ਯਕੀਨ ਕਰਾਂ ਫਿਰ ਤਾਂ ਮੈਂ ਮੰਨ ਲਾਂ। ਹੁਣ ਤਾਂ ਮੈਂ ਖੁਦ ਮੌਕੇ 'ਤੇ ਆ ਗਿਆ, ਸਾਰੇ ਪ੍ਰੋਗਰਾਮ ਛੱਡ ਕੇ ਵੀ ਮੈਂ ਹੀ ਦੇਖ ਕੇ ਆਵਾਂ ਪਹਿਲਾਂ। ਨਾ ਯਾਰ ਐਂ ਨਾ ਕਰ, ਦੱਸ ਤੂੰ ਮੈਨੂੰ ਸੀਮੈਂਟ ਦੀਆਂ ਦਿਨ ਦੇ ਵਿੱਚ 10 ਬੋਰੀਆਂ ਵੱਧ ਲਾ ਲਿਆਂਗਾ, ਪਹਾੜ ਗਿਰ ਜੂਗਾ। ਮੈਂ ਤੇਰਾ ਥਰੜਾ ਗਟਕਾ ਵੀ ਚੈੱਕ ਕਰਨਾ ਵੀ ਕਰਾ, ਚੈੱਕ ਚੱਲੋ ਗਟਕਾ ਵੀ ਕਰਾ, ਚੱਲ ਗਟਕਾ ਕਰਾ, ਕਿੰਨੇ ਇੰਚੀ ਪਾਇਆ ਦੇਖੀਏ, ਕਹਾਂ ਹੈ ਗਟਕਾ, ਚੱਲ ਚੱਲ ਉਤਾਰ ਸਾਰਾ, ਲਾਡਾ ਵਾਲੇ ਸਾਹਿਬ ਨਾਲ ਗੱਲ ਕਰਾ ਮੇਰੀ ਕਾਕੇ, ਹਾਂਜੀ ਗਟਕਾ ਉਹ ਸਾਹਮਣੇ ਜੀ। ਦਿਖਾ ਲਿਆ ਬਾਈ ਕੈਂਡੀ ਦੇ, ਕੈਂਡੀ ਲਿਆ ਵਾ, ਕੈਂਡੀ ਲਿਆ ਚਾਰ ਤਾਂ ਨਹੀਂ ਹੋਣਾ, ਤਿੰਨ ਚਾਰ ਕਿੰਨਾ ਬੇਸ ਕਿੰਨਾ ਥੱਲੇ ਹੋਊਗਾ? 9 ਇੰਚੀ ਘੱਟੋ ਘੱਟ, ਇਹਦਾ ਫਿਰ ਚਾਰ ਹੀ ਆ। ਕਕਲ ਕੰਮ ਬੰਦ ਕਰ ਲਾ,
ਕੱਢਣ ਚੱਲ ਪਹਿਲਾਂ ਬਾਹਰ ਸਾਰਾ ਸਮਾਨ ਸਮੇਂ ਸਿਰ ਕਰੋ ਸਾਰਾ ਲਿਆ ਮਿਹਨਤ ਕਰੀ ਇੱਧਰ ਲਿਆ ਉਹਦਾ ਕੀ ਖੱਟ ਜੀ ਦਾ ਮੇਰੇ ਨਾਮ ਲਿਆ ਉਹ ਕਿੰਨੇ ਇੰਚ ਹੋਇਆ ਹੈ? 6 ਇੰਚ ਤਾਂ ਹੈ ਨੀ ਛੋਟੀ, ਇਹ ਤਾਂ ਇੱਧਰ ਤਿਆਰ ਵੀ ਹੋ ਗਿਆ ਸੀ ਕਟਕੇ ਦੀ ਰੇਸ਼ੋ ਕੀ ਆ? ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬ੍ਰਦਰ ਮੈਂ ਨਾ ਜਿਹੜੀ ਫੇਸ 1 ਮਾਰਕੀਟ ਦੇ ਨਾਲ ਨਵੀਂ ਮਾਰਕੀਟ ਬਣ ਰਹੀ ਆ ਡੁਗਰੀ ਅਰਬਨ ਸਟੇਟ ਫੇਸ 1 ਮੇਨ ਮਾਰਕੀਟ ਆ ਨਾ, ਉਹ ਮੈਂ ਦੇਖਣ ਆਇਆ। ਮੈਨੂੰ ਆਲੇ ਦੁਆਲੇ ਰੈਜੀਡੈਂਟ ਦਾ ਫੋਨ ਆਇਆ ਸੀ ਵੀ ਠੇਕੇਦਾਰ ਸਾਹਿਬ ਇਕੱਲੇ ਰੇਤੇ ਨਾਲ ਹੀ ਚਿਣਾਈ ਕਰੀ ਜਾਂਦੇ ਆ। ਮੈਂ ਉਦੋਂ ਤਾਂ ਗੱਲ ਮੰਨੀ ਨਹੀਂ ਇੱਥੇ ਆ ਕੇ। ਮੇਰੀ ਸੁਣੋ, ਮੈਂ ਦੱਸਦਾ ਪਹਿਲਾਂ ਮੇਰੀ ਪੂਰੀ ਕੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।